ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਬਲੂ ਵੇਲ ਪਿੱਛੋਂ ਹੁਣ ਬੱਚਿਆਂ ਲਈ ਵਟਸਐਪ ਗੇਮ ਮੋਮੋ ਚੈਲੰਜ ਜਾਨਲੇਵਾ ਸਾਬਤ ਹੋ ਰਹੀ ਹੈ। ਇਸ ਖਤਰਨਾਕ ਖੇਡ ਕਾਰਨ ਭਾਰਤ 'ਚ ਮੌਤ ਦੀ ਪਹਿਲੀ ਖਬਰ ਪਿਛਲੇ ਸਾਲ ਰਾਜਸਥਾਨ ਦੇ ਅਜਮੇਰ ਵਿਖੇ ਸਾਹਮਣੇ ਆਈ ਸੀ। ਉੱਥੇ ਮੋਮੋ ਗੇਮ ਦੇ ਚੱਕਰ 'ਚ 10ਵੀਂ ਜਮਾਤ ਦੀ ਇੱਕ ਵਿਦਿਆਰਥਣ ਨੇ ਆਤਮ ਹੱਤਿਆ ਕਰ ਲਈ ਸੀ। ਖਬਰਾਂ ਮੁਤਾਬਕ ਵਿਦਿਆਰਥਣ ਨੇ ਜਨਮ ਦਿਨ ਤੋਂ 3 ਦਿਨ ਬਾਅਦ ਹੱਥਾਂ ਦੀਆਂ ਨਸਾਂ ਕੱਟੀਆਂ ਅਤੇ ਫਿਰ ਫਾਹਾ ਲੈ ਕੇ ਜਾਨ ਦੇ ਦਿੱਤੀ। ਵਿਦਿਆਰਥਣ ਦੇ ਮੋਬਾਈਲ ਦੀ ਬਰਾਊਜ਼ਰ ਹਿਸਟਰੀ ਮੋਮੋ ਚੈਲੰਜ ਗੇਮ ਦੇ ਨਿਯਮ ਅਤੇ ਸਰੀਰ ਤੇ ਬੜੇ ਨਿਸ਼ਾਨ ਕਾਰਨ ਜਾਂਚ ਏਜੰਸੀਆਂ ਦਾ ਧਿਆਨ ਇਸ ਵੱਲ ਗਿਆ ਸੀ। ਰਾਜਸਥਾਨ ਪਿੱਛੋਂ ਹੁਣ ਪੰਜਾਬ 'ਚ ਸਾਈਬਰ ਕ੍ਰਾਈਮ ਸੈੱਲ ਨੇ ਸਮੁੱਚੇ ਸੂਬੇ ਦੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਐਡਵਾਈਜ਼ਰੀ ਜਾਰੀ ਕਰਕੇ ਬੱਚਿਆਂ ਦੇ ਮਾਪਿਆਂ ਨੂੰ ਇਸ ਗੇਮ ਬਾਰੇ ਚੌਕਸ ਕਰਨ ਲਈ ਕਿਹਾ ਹੈ। ਸਾਈਬਰ ਕ੍ਰਾਈਮ ਵੱਲੋਂ ਇਹ ਐਡਵਾਈਜ਼ਰੀ ਪਿਛਲੇ ਸਾਲ ਪਟਿਆਲਾ ਦੀ ਇੱਕ ਮੁਟਿਆਰ ਵੱਲੋਂ ਭਾਖੜਾ ਨਹਿਰ 'ਚ ਛਾਲ ਮਾਰ ਕੇ ਜਾਨ ਦੇਣ ਪਿੱਛੋਂ ਹੋਈ। ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ 'ਤੇ ਜਾਰੀ ਕੀਤੀ ਗਈ ਹੈ। ਉਕਤ ਮੁਟਿਆਰ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਮੋਬਾਈਲ ਫੁਟੇਜ ਰਾਹੀਂ ਸਾਈਬਰ ਕ੍ਰਾਈਮ ਦੇ ਸਾਹਮਣੇ ਕੁਝ ਇਸ ਤਰ੍ਹਾਂ ਦੇ ਤੱਥ ਆਉਣ ਪਿੱਛੋਂ ਇਸ ਸੰਬੰਧੀ ਡਰ ਪ੍ਰਗਟ ਕੀਤਾ ਗਿਆ। ਅਜਿਹੀ ਹੀ ਐਡਵਾਈਜ਼ਰੀ ਪੰਜਾਬ ਦੇ ਨਾਲ ਹੀ ਹਿਮਾਚਲ ਅਤੇ ਹੋਰਨਾਂ ਸੂਬਿਆਂ ਲਈ ਵੀ ਜਾਰੀ ਕੀਤੀ ਗਈ ਹੈ। ਅਸਲ 'ਚ ਇਹ ਇੱਕ ਵਟਸਐਪ ਆਧਾਰਿਤ ਖੂਨੀ ਖੇਡ ਹੈ। ਬਲੂ ਵੇਲ ਗੇਮ ਵਾਂਗ ਇਸ 'ਚ ਵੀ ਖਤਰਨਾਕ ਟਾਸਕ ਮਿਲਦਾ ਹੈ। ਸੋਸ਼ਲ ਮੀਡੀਆ 'ਤੇ ਜਾਪਾਨ ਦੇ ਏਰੀਆ ਕੋਡ ਵਾਲਾ ਨੰਬਰ ਵਾਇਰਲ ਹੁੰਦਾ ਹੈ। ਵਟਸਐਪ 'ਤੇ ਕੰਟੈਕਟ ਨੰਬਰ ਸੇਵ ਕਰਨ 'ਤੇ ਇੱਕ ਡਰਾਵਣੀ ਤਸਵੀਰ ਜਿਸ ਦੀਆਂ 2 ਵੱਡੀਆਂ ਵੱਡੀਆਂ ਅੱਖਾਂ ਹਨ ਅਤੇ ਜੋ ਪੀਲੇ ਰੰਗ ਦੀ ਹੁੰਦੀ ਹੈ ਨਜ਼ਰ ਆਉਂਦੀ ਹੈ। ਇੱਕ ਡਰਾਉਣੀ ਜਿਹੀ ਮੁਸਕਾਨ ਅਤੇ ਟੇਢੇ ਮੇਢੇ ਨੱਕ ਵਾਲੀ ਉਕਤ ਫੋਟੋ ਸਮੇਤ ਅਚਾਨਕ ਕਿਸੇ ਅਣਜਾਣ ਨੰਬਰ ਤੋਂ ਮੈਸੇਜ ਆਉਂਦਾ ਹੈ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਮੋਮੋ ਦੀ ਪ੍ਰੋਫਾਈਲ ਸਭ ਤੋਂ ਪਹਿਲਾਂ ਲੋਕਾਂ ਨੂੰ ਫੇਸਬੁੱਕ 'ਤੇ ਨਜ਼ਰ ਆਈ। ਪ੍ਰੋਫਾਈਲ 'ਚ ਲੱਗੀ ਤਸਵੀਰ ਦਾ ਚਿਹਰਾ 2016 'ਚ ਜਾਪਾਨ ਦੇ ਮਿਊਜ਼ੀਅਮ 'ਚ ਪ੍ਰਦਰਸ਼ਿਤ ਇੱਕ ਮੂਰਤੀ ਨਾਲ ਮਿਲਦਾ ਹੈ। ਦਿਲੋਂ ਦਿਮਾਗ 'ਚ ਡਰ ਪੈਦਾ ਕਰਨ ਵਾਲੀ ਮੋਮੋ ਚੈਲੰਜ ਗੇਮ ਇੱਕ ਕਾਸਪੀਰੇਸੀ ਥਿਊਰੀ 'ਤੇ ਆਧਾਰਿਤ ਹੈ। ਇਸ ਖਤਰਨਾਕ ਖੇਡ ਦੇ ਜਾਲ 'ਚ ਬੱਚੇ ਆਸਾਨੀ ਨਾਲ ਫਸ ਜਾਂਦੇ ਹਨ। ਇਸ ਲਈ ਮਾਪਿਆਂ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਕੁਝ ਸਾਵਧਾਨੀਆਂ ਵਰਤ ਕੇ ਬੱਚਿਆਂ ਨੂੰ ਇਸ ਖੇਡ ਦੇ ਚੱਕਰ 'ਚ ਪੈਣ ਤੋਂ ਰੋਕਿਆ ਜਾ ਸਕਦਾ ਹੈ। ਬਿਊਰੋ ਰਿਪੋਰਟ, ਸਾਂਝ ਟੀਵੀ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।